แล้วกดเดี๋ยวเท่าไหร่ฮะਕਾਲਾ ਤੇ ਸਿੱਧਿਕਾ ਆ ਲੋ ਜੀ ਆ ਲੋ ਓਏ ਆਪਣੇ ਚਲੋ ਉਧਰ ਵੇਖੋ ਜ਼ਰਾ ਸਾਡਾ ਵੀ ਨਾਲ ਆ ਦਿਆ ਕਰੋ ਪ੍ਰੋਗਰਾਮ ਚ ਕੈਸਾ ਕਾਠੀ ਵਰਗਾ ਮੂੰਹ ਤੁਹਾਡਾ ਬਟਾ 2 ਲੱਖ ਤੇ ਫਿਟ ਆ ਦੇਖੋ ਮੇਕਅਪ ਵਾਲਾ ਹੋਣਾ ਹੁੰਦਿਆ ਜੀ ਆ ਜਾ ਬੇਟਾ ਆ ਜਾ ਮੈਂ ਨਹੀਂ ਕਰਾਉਣਾ ਓਏ ਨਹੀਂ ਕਰਾਉਣਾ ਭਾਈ ਉਹ ਕਹਿੰਦੇ ਅਸੀਂ ਨਹੀਂ ਕਰਾਉਣਾ ਨਿਕਲ ਜਾ ਨਹੀਂ ਕਰਾਉਣਾ ਓ ਜਾ ਕੰਮ ਕਰ ਮਰ ਜਾ ਤੂੰ ਮਾਰੇ ਇੱਥੇ ਹੀ ਖਲੋਈ ਜਰਾ ਤੇਰੀ ਮੈਂ ਆਏ ਗੋਡੇ ਮੇਰੇ ਮੈਂ ਛੱਡਣਾ ਨਹੀਂ ਇਹਨੂੰ ਆਏ ਮੈਂ ਸਿਗਰਟ ਪੀਵਾਂ ਯਾਰ ਓ ਭਾਈ ਜੀ ਕਿੱਧਰ ਬੈਠੋ ਉੱਥੇ ਆਤਾ ਹੂੰ ਚੱਲੇ ਕਿੱਧਰ ਜੇ ਸਮੋਕਿੰਗ ਓ ਭਾਈ ਸਮੋਕਿੰਗ ਨੂੰ ਜ਼ਰਾ ਰੋਕਿੰਗ ਚਲੋ ਪ੍ਰੋਗਰਾਮ ਸ਼ੁਰੂ ਕਰੋ ਕਿਤੇ ਨੇ ਇਹ ਕੌਣ ਨੇ ਬਾਬਾ ਜੀ ਭਾਈ ਜੀ ਸ਼ਾਇਰ ਨੇ ਮੈਂ ਸ਼ਾਇਰ ਤੋਂ ਨਹੀਂ ਪਰ ਇਹ ਸ਼ਾਇਰ ਹੈ ਬਾਬਾ ਜੀ ਜ਼ਰਾ ਬੋਲੋ ਇੱਕ ਮਿੰਟ ਬੋਲਣਾ ਜ਼ਰਾ ਜੀ ਅਸਲਾਮ ਅਲੈਕਮ ਜੀ ਥੋੜ੍ਹਾ ਉੱਚੀ ਬੋਲੋ ਜ਼ਰਾ ਤੁਹਾਡਾ ਪ੍ਰੋਗਰਾਮ ਜੀ ਮੈਂ ਬੜੇ ਸ਼ੌਕ ਦੇ ਨਾਲ ਵੇਖਦਾ ਅਸਾਨ ਕਰਦਾ ਮੈਂ ਕਰਾਚੀ ਹੋਇਆ ਜੀ ਕਰਾਚੀ ਹੁੰਦਾ ਉਹਦੇ ਜਨਾਬੇ ਵਾਲੀ ਹਰ ਹਫ਼ਤੇ ਤੁਹਾਡਾ ਪ੍ਰੋਗਰਾਮ ਹੈਗੀ ਓਏ ਆਡੀਓ ਲੈਵਲ ਠੀਕ ਆ ਨਹੀਂ ਥੋੜ੍ਹਾ ਉੱਚੀ ਥੋੜ੍ਹਾ ਉੱਚੀ ਜੀ ਐਸਤਾ ਓਏ ਉੱਚਾ 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 ਅਸਲਾਮ ਅਲੈਕਮ ਕਹਿ ਦਿਓ ਕੱਲਾ ਬਾ ਅਸਲਾਮ ਅਲੈਕਮ ਚਾ ਬੂਟੋ ਮੈਂ ਕਰਾਚੀ ਹੂੰ ਆਇਆ ਓ ਭਾਈ ਹਾਲੇ ਨਹੀਂ ਤੂੰ ਆਇਆ ਹਾਲੇ ਹਾਲੇ ਨਹੀਂ ਆਇਆ ਲੈ ਉੱਥੇ ਹੀ ਆ ਠਹਿਰ ਜਾ ਇੱਕ ਮਿੰਟ ਜਰਾ ਬੂਟਾ ਜੀ ਥੋੜ੍ਹਾ ਜਿਹਾ ਖੱਬੇ ਹੱਥ ਹੋਵੋ ਓ ਯਾਰ ਕਦੀ ਖੱਬੇ ਕਦੀ ਸੱਜੇ ਜੋੜ ਕਾਂਟਿਆਂ ਦੀ ਜੋੜੀ ਮੈਨੂੰ ਕਿੰਨੀ ਸੋਹਣੀ ਫੱਪੇ ਓਕੇ ਓਕੇ ਬਸ ਠੀਕ ਆ ਥੋੜ੍ਹਾ ਸੱਜੇ ਥੋੜ੍ਹਾ ਜਿਹਾ ਏ ਓਕੇ ਓਕੇ ਥੱਲੇ ਕੀ ਵੇਖੀ ਜਾਂਦੇ ਕੋਈ ਆਪਣਾ ਬੱਚਾ ਦੇ ਲਿਆ ਪੈਰ ਥੱਲੇ ਸਿੱਧੇ ਹੋਵੋ ਇੱਦਾਂ ਓਕੇ ਸਟੈਂਡ ਬਾਏ ਕਿਊ ਹੁਸ਼ ਨਾਸਿੰਗ ਕਲਰ ਬਾਜ਼ੀ ਚੇ ਪੈ ਪੈ ਕੇ ਤੂੰ ਕਾ ਪਾ ਕਾ ਚਾ ਟੈ ਪਾ ਕੈ ਚੀ ਚੁੱਪ ਪਾ ਮੈਂ ਹੂੰ ਆਪਕਾ ਹੋਸਟ ਆਪਕਾ ਹੋਸਟ ਹੋਸਟ ਵਾਲੋਂ ਕੋ ਖਬਰ ਕਿਆ ਬੇਖੁਦੀ ਕਾ ਚੀਜ਼ ਹੈ ਇਸ ਪ੍ਰੋਗਰਾਮ ਕੇ ਹਵਾਲੇ ਸੇ ਮੁਝੇ ਗਲੀਓ ਮੈਂ ਸੜਕੋ ਮੈਂ ਰੋਡੋ ਪਰ ਰੂੜੀ ਪਰ ਰੋਕਤੇ ਹੈ ਦੇਖਤੇ ਹੈ ਮੈਂ ਉਸਸੇ ਬਾਤਚੀਤ ਕਰਤੇ ਹੈ ਲੋਕ ਸੈਲਫਿਸ਼ ਬਣਾਤੇ ਹੈ ਮੈਂ ਬੜਾ ਆਪ ਬੜਾ ਸੈਲਫਿਸ਼ ਹੂੰ ਨਾ ਜੀ ਇਹ ਮੇਰੀ ਕਰਤੂਤੇ ਹੈ ਕਿ ਅਵਾਮੀ ਹਲਕੋਂ ਮੈਂ ਪਸੰਦ ਕੀਆ ਜਾਤਾ ਹੂੰ ਲੋਕ ਆਪਣੇ ਮਸਾਇਲ ਲੈ ਕਰ ਮੇਰੇ ਪਾਸ ਆਤੇ ਹੈ ਆਓ ਮੇਰੀ ਕਿਸਮਤ ਮੈਂ ਤੂੰ ਨਹੀਂ ਸ਼ਾਇਦ ਕਿਉਂ ਤੇਰਾ ਇੰਤਜ਼ਾਰ ਕਰਤਾ ਹਾਂ ਆਓ ਆਸ਼ਿਕ ਸਾਹਿਬ ਬਸ ਕਰੋ ਹਾਂ ਜੇ ਲੋ ਨਾ ਜੀ ਵਕੀਲ ਨੇ ਵਿੱਚ ਜੇਬ 'ਚ ਕੰਘਾ ਵੀ ਰੱਖਿਆ ਜੇ ਲੋਕ ਆਪਣੇ ਪੜਾ ਚੱਲ ਕੇ ਪੜੇ ਪੜੋ ਗੁਡਰਾਮ ਮੈਂ ਕਾਫੀ ਦਿਲਚਸਪੀ ਰੱਖਦੇ ਹਾਂ ਮੁਝੇ ਤੁਮ ਨਜ਼ਰ ਸੇ ਗਿਰਾ ਪਪੀਤੋ ਸ਼ੇਖ ਕਰਤੇ ਹੈ ਸ਼ਾਮਿਲ ਕਰਤੇ ਹੈ ਇਹ ਮੇਰੇ ਲਈ ਬਹੁਤ ਬੜਾ ਇਵਾਰ ਹੈ ਨਾਜ਼ਰੀਨ ਪ੍ਰੋਗਰਾਮ ਮੈਂ ਹਸਬੇ ਮੋਟੂ ਚੋਟ ਖਾਏ ਹੋਏ ਬਾਬਾ ਚਿਹਰੇ ਪੇ ਗਿਰੀ ਜ਼ੁਲਫੇ ਕਹਿ ਦੋ ਤੋ ਹਟਾ ਦੂੰ ਮੈਂ ਗੁਸਤਾਖੀ ਮਾਫ ਅਭੀ ਕੁਛ ਦੇਰ ਪਹਿਲਾਂ ਇਨਹੋਨੇ ਆਪਣੇ ਬੋਧੇ ਸੰਵਾਰੇ ਹੈ ਆਓ ਆ ਜੇ ਵੀ ਮੁਲਕ ਕੇ ਮਸਾਇਲ ਹੱਲ ਕਰਨ ਮੈਂ ਕਾਫੀ ਨੈਸ਼ ਨੈਸ਼ ਰੱਖਦੇ ਹਾਂ ਮੇਰੇ ਸਾਥ ਕਰਾਚੀ 'ਚ ਆਏ ਹਾਂ ਮੇਰੇ ਮਹਿਮਾਨ ਵਿਕਮ ਕੇ ਤੌਰ ਪਰ ਮੇਰੇ ਸ਼ਾਇਰ ਬਹੁਤ ਬੜੇ ਹੈ ਨਿਜ਼ਾਮਦੀਨ ਸਾਹਿਬ ਨਿਜ਼ਾਮਦੀਨ ਸਾਹਿਬ ਦੁਨੀਆ ਸ਼ਾਇਰੀ ਮੁਮਤਾਜ਼ ਮੈਂ ਇਹਨਾਂ ਇਤਨਾ ਨਾਮ ਕਮਾ ਚੁਕਾਏ ਹਾਂ ਇਨਕਾ ਇੱਕ ਬਹੁਤ ਜ਼ਬਰਦਸਤ ਸ਼ੇਰ ਮੁਝੇ ਯਾਦ ਹੈ ਉਹ ਮੈਂ ਆਪਕੋ ਸੁਣਾਤਾ ਹਾਂ ਤੂੰ ਕਿਹਾ ਤੂੰ ਕਿਹਾ ਤੂੰ ਹੀ ਕਿਹਾ ਜੇ ਤੂੰ ਕਿਹਾ ਮੈਂ ਜੇ ਤੂੰ ਕਿਹਾ ਮੈਂ ਔਰ ਇਨਕਾ ਇੱਕ ਬਹੁਤ ਅੱਛਾ ਸ਼ੇਰ ਹੈ ਜਿਹੜਾ ਕੋਈ ਵੀ ਨਹੀਂ ਤੋ ਅਬ ਮੈਂ ਦੇਰ ਕੀ ਬਗੈਰ ਦਾਵਤ ਦਿੱਤਾ ਜੀ ਨਿਜ਼ਾਮਦੀਨ ਸਾਹਿਬ ਜੈਸਾ ਖੁਸ਼ੀ ਅਰਜ਼ ਕੀਤਾ ਜੀ ਕਿ ਬੂਟੇ ਤੇਰੇ ਰੁਖਸਾਰ 'ਤੇ ਜ਼ੁਲਫਾਂ ਐਵੇਂ ਲੱਗਦੀਆਂ ਨੇ ਜਿਵੇਂ ਵੀ ਬੱਦਲ ਹੋਣ ਵਾਹ ਅੱਗੇ ਤਾਂ ਸੁਣ ਲਓ ਪੂਰਾ ਪਹਿਲੇ ਵਾਹ ਵਾਹ ਕਰੀ ਜਾਂਦੇ ਅੱਛਾ ਜ਼ੁਲਫ ਜਵਾਨੀ ਸ਼ਬਨਮ ਮਹਿੰਦੀ ਮਹਿੰਦੀ ਐਸ਼ਕ ਸਾਹਿਬ ਦੀ ਨਜ਼ਰ ਜੀ ਸ਼ੇਰ ਇੱਕ ਅਰਜ਼ ਕੀਤਾ ਜੀ ਕਿ ਜ਼ੁਲਫ ਬਹਾਰ ਸ਼ਬਨਮ ਮਹਿੰਦੀ ਹਸਨ ਖੇਡਣ ਰੋਣ ਦਲਦਲਾਤਾ ਦੁੱਲਾ ਪੱਟੀ ਉੱਤੇ ਥੱਲੇ ਮੈਂ ਦੋਵੇਂ ਇੰਜ ਬਹਾਰਾਂ ਨਾਲ ਜਿਵੇਂ ਖਿੜਿਆ ਹੋਵੇ ਕੜਕਿਲੋ ਬਸਤੂਰੀ ਕੀ ਲਾ ਤਾਂਬਾ ਵਾਹ ਪਿਛਲੀ ਰਾਤ ਨੂੰ ਅਤੇ ਅਗਲੀ ਦਿਨ ਨੂੰ ਮੇਰੇ ਸਾਹਮਣੇ ਜਦੋਂ ਵੀ ਕਿਤੇ ਲੰਘਦੀ ਏ ਮੈਂ ਦੋਵਾਂ ਉੱਤੇ ਹੀ ਮਰ ਗਿਆ ਚਮਕੀਲਾ ਨਿਜ਼ਾਮ ਦੀ ਨਾ ਪਤਾ ਤਦ ਲੱਗ ਸੀ ਜਦੋਂ ਚਿੜੀਆਂ ਚੁੱਕ ਗਈਆਂ ਡਿੱਗ ਪਈਆਂ ਖਿਲਰ ਗਈਆਂ ਮਰ ਗਈਆਂ ਖੇਤ ਨਹੀਂ ਖੇਤ ਅੱਗੇ ਹੈ ਤੁਸੀਂ ਪਹਿਲੇ ਖੇਤ ਕਹਿਤਾ
ਅੱਖਾਂ ਦੋ ਤੇ ਜ਼ਖਮੀ ਸੀਨਾ ਲੈ ਕੇ ਫਿਰਦਾ ਰਹਿਣਾ। ਚਾਕ ਜਿਗਰ ਨਸ਼ੇ ਮਨ ਸੜ ਗਿਆ। ਅਜਬਾਜ ਜੀ ਤੁਹਾਡਾ ਬਹੁਤ ਸ਼ੁਕਰੀਆ। ਆਸ਼ਕ ਸਾਹਿਬ ਨਾ ਸ਼ਾਇਰੀ ਮੁਲਾਜ਼ਾ ਫਰਮਾਈ ਕਿਤਨੀ ਸਮਝਦਾਰ ਵਾ ਜੀ। ਉੱਪਰੋਂ ਦੀ ਨੰਗਾ ਨਾਲ ਹੀ ਸੀ ਅਸਲ ਦੇ ਵਿੱਚ ਇਹਨਾਂ ਦਾ। ਮੈਨੂੰ ਪਤਾ ਲੱਗਾ ਮਾਰਫਤ ਦੀ ਸ਼ਾਇਰੀ ਜਿਹੜੀ ਹੁੰਦੀ ਨਾ, ਇਹ ਮਾਰਫਤ ਦੀ ਨਹੀਂ ਆਉਂਦੀ ਸਮਝ। ਕੂ ਫੈਲ ਗਈ ਬਾਦਸ਼ਾਹ ਨਾਲ ਸਾਇਕ। ਹਾਂ, ਉਸਨੇ ਡੰਡੇ ਸੇ ਮੇਰੀ ਧੁਲਾਈ ਕੀ। ਦੇਖਾ ਤੁਹਾਡੇ ਵੀ ਆਮਦ ਤੁਹਾਡੀ ਸ਼ੁਰੂ ਹੋ ਗਈ ਅਨਮਾ। ਸ਼ਾਇਰੀ ਵੀ ਇੱਕ ਵੱਡੀ ਦੁਨੀਆ ਹੁੰਦੀ ਹੈ। ਇਹ ਲੋਕ ਪੱਥਰ ਕੇ ਪੱਥਰ ਦੀ ਤੇ ਮੈਂ ਗਾਣੇ ਸੁਣਿਆ ਕਹਿੰਦੀ ਦੁਨੀਆ ਪੱਥਰ ਦੀ ਹੈ। ਉਹ ਇਹਨੇ ਪਿੱਤਲ ਦੀ ਕਿਹਾ ਸੀ ਤੈਨੂੰ ਲੈ ਲੈ ਮੌਲਾ। ਹੁਣ ਆਪਾਂ ਇਹਨੂੰ ਵਾੜ ਹੀ ਨਹੀਂ ਦੇਣੀ, ਆਪਾਂ ਆਪਾਂ ਹੀ ਗੱਲਾਂ ਕਰਨੇ ਆ, ਕਿਉਂਕਿ ਕੁਛ ਅੰਦਾਜ਼ਾ ਲਾ ਲਿਆ ਮੈਂ। ਕਹਤੇ ਹੈ ਉਮਰੇ ਰਫਤਾ ਕਭੀ ਲੌਟਤੀ ਨਹੀਂ, ਜਾਂ ਮੈਂ ਕਦੇ ਸੇ ਕੋਈ ਹੋਰ ਸ਼ਾਇਰ ਉਠਾ ਕੇ ਲਾ। ਅੱਜ ਸ਼ਾਇਰੀ ਕਾ ਹੀ ਨਿਜ਼ਾਮ ਚਲਾਤੇ ਹੈ ਆਸ਼ਕ, ਕੋਈ ਤੁਮ ਜ਼ਰਾ ਕੋਈ ਸੁਣਾ। ਨਹੀਂ ਜੀ, ਮੈਂ ਤਾਂ ਵਕੀਲ ਆਦਮੀ ਹਾਂ ਜੀ। ਵਕੀਲ ਦੀ ਵਾਹ ਦੀ ਜਗ੍ਹਾ ਕਿਤੇ ਲਾਮ ਲੱਗ ਜਾਏ ਨਾ। ਤੈਨੂੰ ਕਿਤੇ ਜ਼ੁਕਾਮ ਲੱਗ ਜਾਏ ਨਾ। ਲਓ ਜੀ ਬੁੱਢੇ, ਫਰਜ਼ ਕੀ ਆ, ਤੁਮਸੇ ਪਿਆਰ ਕੀ ਆ, ਇਸਮੇ ਮੇਰੀ ਕਿਆ ਖਤਾ ਹੈ। ਕਿਸੀ ਪੁਲਿਸ ਵਾਲੇ ਕੀ ਵਰਦੀ ਪਹਿਣ ਲੈ, ਉਸਕੀ 6 ਮਹੀਨੇ ਸਜ਼ਾ ਹੈ। ਉਹ ਤੇਰਾ ਖਾਨਾ ਖਰਾਬ ਆ ਸਕਦਾ, ਮੈਨੂੰ ਕੁਛ ਸੁਣਾਈ ਜਾਂਦਾ, ਮੈਂ ਕੋਈ ਪੁਲਿਸ ਵਾਲੇ ਦੀ ਵਰਦੀ ਪਾਈ ਦੀ ਆ। ਯਾਰ ਤੂੰ ਕਾਫੀਏ ਤੇ ਗੌਰ ਨਹੀਂ ਕੀਤਾ, ਕਾਫਰਾ ਬਾਤ ਉਸਕੀ ਸ਼ੇਰੋ ਕੀ ਹੋ ਰਹੀ ਆ, ਇਹ ਸ਼ਰੀਫ ਆਦਮੀ ਕੀ। ਅੱਛਾ ਓਕੇ ਜੀ, ਲਓ ਜੀ ਹੁਣ ਸੀਰੇ ਲਓ, ਫਿਰ ਸ਼ੇਰ ਸੁਣੋ ਹੁਣ। ਲਓ ਜੀ ਤੁਹਾਡੀ ਵੀ ਨਜ਼ਰ ਜੇ, ਕੇਸਾਂ ਵਿੱਚੋਂ ਕੇਸ ਸੱਸੀ ਦਾ। ਇਹਦੇ ਚ ਵੀ ਕੇਸ ਪਾ ਲਿਆ, ਹੁਣ ਤੂੰ ਮੈਨੂੰ ਕੋਈ ਸਜ਼ਾ ਸੁਣੀ, ਮੈਂ ਮੋਬਾਇਲ ਚੁੱਕ ਕੇ ਮਾਰਾਂਗਾ। ਮੈਂ ਵੀ ਨਹੀਂ ਦੇਖਣਾ ਕਿ ਬੱਤੀ ਛੋੜ ਪੈਦਾ। ਮੋਬਾਇਲ ਮੇਰੇ ਕੋਲ ਵੀ ਹੈ, ਮਾਰ ਬੇਟੇ ਮੈਂ ਚੁੱਪ ਲੈਣਾ। ਲਓ ਜੀ, ਕੇਸਾਂ ਵਿੱਚੋਂ ਕੇਸ ਸੱਸੀ ਦਾ, ਸ਼ੇਰਾਂ ਵਿੱਚੋਂ ਸ਼ੇਰ ਵੱਸੀ ਦਾ, ਇੰਜ ਅਗਲੇ ਨੂੰ ਦੱਸੀ ਦਾ। ਬੱਕਰ ਮੰਡੀ ਜੇ ਜਾਓ ਬੱਕਰਾ ਲੈਣ, ਤੇ ਰੇਟ ਭਰੀ ਦਾ ਏ ਸਿਰਫ ਔਰ ਸਿਰਫ ਨਸਲ ਅੱਛੀ ਦਾ। ਮੈਂ ਘੜੇ ਕਹਿਣ ਲੱਗਾ ਕਿ ਤੈਨੂੰ ਸਮਝ ਲੱਗ ਗਈ ਨਾ। ਲਓ ਜੀ, ਦੂਜਾ ਸ਼ੇਰ ਵੀ ਤੁਹਾਡੀ ਨਜ਼ਰ ਆ, ਕਿਉਂਕਿ ਇਹਨਾਂ ਦੀ ਜਿਤੇ ਹਜ਼ਾ ਹੀ ਹੈ ਨਹੀਂ। ਸਾਡੇ ਦਿਲ ਦੀ ਅਦਾਲਤ ਵਿੱਚ ਸਾਡਾ ਯਾਰ ਪੇਸ਼ ਨਹੀਂ ਹੁੰਦਾ, ਚਾਹ ਮੰਗਾਈ ਉਹ ਪਰਲੇ ਕੋਲੋਂ, ਉਹਦਾ ਮਿੱਠਾ ਤੇਜ਼ ਨਹੀਂ ਹੁੰਦਾ। ਉਮਰ ਕੈਦ ਦੀ ਸਜ਼ਾ ਸੁਣਾਈ, ਉਹਦੀਆਂ ਜ਼ੁਲਫਾਂ ਉੱਤੇ ਕਰਕੇ ਥੱਲੇ ਕਰਕੇ ਅਸੀਂ ਮਰ ਗਏ ਨਹੀਂ ਹੋਏ ਹੋਏ। ਤੋ ਇੱਕ ਹੁਣ ਮੈਂ ਜਨਾਬ ਬੂਟੇ ਹੋਣਾ ਦੀ ਨਜ਼ਰ ਕਰਦਾ, ਕਿਉਂਕਿ ਤੁਹਾਡੀ ਨਜ਼ਰ ਨਹੀਂ ਤੂੰ ਉਹਦੇ ਕਰ। ਲਓ ਜੀ ਉਹਦੇ ਕਰ ਦਿੰਦੇ। ਲਓ ਜਨਾਬ ਤੁਹਾਡੀ ਨਜ਼ਰ ਹੈ, ਹੁਣ ਕੁਛ ਇਹਨਾਂ ਕੋਲ ਮੈਨੂੰ ਸੁਣਨ ਦੇ ਨਹੀਂ ਤੇ ਇਹਨਾਂ ਨੂੰ ਮੈਂ ਭੇਜ ਦੇਣਾ, ਤੂੰ ਹੀ ਇਕੱਲਾ ਸ਼ੇਰ ਸੁਣਾਈ ਜਾ ਮੈਨੂੰ। ਯਾਰ ਤੂੰ ਆਪਾਂ ਹੀ ਮੈਨੂੰ ਕਿਹਾ ਕਿ ਅਸੀਂ ਉਹਨੂੰ ਵਾਰੀ ਨਹੀਂ ਦੇਣੀ, ਹੁਣ ਤੂੰ ਚਲੋ ਜੀ ਸੁਣਾਓ ਜੀ ਭਾਅ ਜੀ, ਤੁਸੀਂ ਸੁਣਾਓ ਜੀ ਸ਼ੇਰ ਕੋਈ ਹੋਰ। ਮਿਹਰਬਾਨੀ ਜਨਾਬ, ਤੁਹਾਡੇ ਸ਼ੇਰਾਂ ਦਾ ਵੀ ਬੜਾ ਮਜ਼ਾ ਆ ਰਿਹਾ ਸੀ, ਮੇਰਿਆਂ ਦਾ ਵੀ ਆਏਗਾ ਤੁਹਾਨੂੰ। ਤੁੰਦੀ ਏ ਬਾਦੇ ਮੁਖਾਲਫ ਸੇ ਨਾ ਘਬਰਾ ਐ ਹਾਥੀ। ਨਹੀਂ ਨਹੀਂ ਚਲੋ ਇੱਦਾਂ ਕਰਦੇ, ਮੈਂ ਆਪਣਾ ਹੀ ਸੁਣਾਉਂਦਾ। ਇੱਦਾਂ ਸ਼ੇਰ ਮੈਂ ਚੋਰੀ ਕਰਾਂਗਾ ਕਿਸੇ ਦਾ, ਕੱਲ੍ਹ ਨੂੰ ਲੋਕ ਮੇਰੇ ਵੀ ਇੱਦਾਂ ਚੋਰੀ ਕਰਕੇ ਤੇ ਸੁਣਾ ਦੇਣਗੇ। ਚਲੋ ਤੁਸੀਂ ਕੋ ਮੈਨੂੰ ਟੌਪਿਕ ਦਿਓ ਬੂਟਾ ਜੀ, ਮੈਂ ਉਸ ਟੌਪਿਕ 'ਤੇ ਸੁਣਾਉਂਦਾ। ਭਰਾਵਾ ਮੈਂ ਤਾਂ ਹਮੇਸ਼ਾ ਟੌਪਸ ਹੀ ਦਿੱਤੇ ਆ। ਆਪਕਾ ਟੌਪਿਕ ਮਾਂ ਕੁਤਕਧਾਰੀਆਂ 'ਤੇ ਸੁਣਾ। ਇਹ ਕੁਤਕਧਾਰੀਆਂ ਆ ਰਹੀਆਂ ਜਾ ਰਹੀਆਂ। ਚਲੋ ਮੈਂ ਤੁਹਾਨੂੰ ਇੱਕ ਰਾਤੀ ਤਾਜ਼ਾ ਕਲਾਮ ਲਿਖਿਆ, ਜ਼ਰਾ ਮੈਂ ਸੁਣਾ ਦੇਣਾ। ਤੇਰੀਆਂ ਯਾਦਾਂ ਦੇ ਵੱਟ ਫਿਰਦੇ ਨੇ ਮੇਰੇ ਮੇਦੇ 'ਚ, ਆਪਣੇ ਪਿਆਰ ਦਾ ਸੀਰਪ ਭੇਜਦੇ UK ਤੋਂ ਪਹਿਲਾਂ ਮੁੱਕ ਗਿਆ। ਜਿਵੇਂ ਤੇਰੀ ਰਜ਼ਾ ਉਵੇਂ ਮੇਰੀ ਰਜ਼ਾ, ਓਏ ਰਜ਼ਾ ਰਜ਼ਾ ਓਏ ਰਜ਼ਾ, ਜਿਵੇਂ ਤੇਰੀ ਰਜ਼ਾ ਉਵੇਂ ਮੇਰੀ ਰਜ਼ਾ, ਬਸ ਮਜ਼ਾ ਹੀ ਮਜ਼ਾ ਸਮੁੰਦਰੇ ਆਜ਼ਮ। ਸਾਨੂੰ ਵੀ ਮੌਕਾ ਦਿਓ ਜੀ। ਜੀ ਭਾਈ ਜਾਨ, ਥੋੜ੍ਹਾ ਟੌਪਿਕ ਚੇਂਜ ਹੋਣਾ ਚਾਹੀਦਾ ਨਾ ਭਾਈ ਜਾਨ, ਤਰਾ ਤੁਸੀਂ ਸੁਣਾ ਲਿਓ ਹੁਣ ਸਾਨੂੰ ਵਾਰੀ ਦਿਓ ਨਾ, ਕੋਈ ਇੱਦਾਂ ਮਜ਼ਾ ਖਰਾਬ ਹੁੰਦਾ। ਕੀ ਮਤਲਬ? ਮਤਲਬ ਮੈਂ ਸੁਣਾਉਂਦਾ ਨਾ ਹੁਣ, ਯਾਨੀ ਕੁਛ ਸਜ਼ਾ। ਯਾਰ ਮੇਰੀ ਤੈਨੂੰ ਹਰ ਗੱਲ ਸਜ਼ਾ ਲੱਗਦੀ, ਉਹ ਉਦੋਂ ਦਾ ਜਿਹੜਾ ਕਰਨ ਦੇ ਉਹ ਸਾਡੇ ਰਾਸਤੇ ਸੁਣਾਉਂਦਾ ਕੀ। ਵਕਤ 'ਚ ਫੜਿਆ ਰਹਿੰਦਾ ਮੈਂ, ਅਦਾਲਤ 'ਚ ਵੜਿਆ ਰਹਿੰਦਾ ਮੈਂ, ਅਤੇ ਅੜਾ ਤੂੰ ਫੋਨ ਨਾ ਲੱਗਾ ਰਹਿੰਦਾ, ਤੇਰੀ ਇਸ ਆਦਤ ਤੋਂ ਕਾਫੀ ਸੜਿਆ ਰਹਿੰਦਾ ਮੈਂ। ਅਤੇ ਅਰਜ਼ ਕੀਤਾ ਹੈ ਕਿ ਬੱਚੇ ਚੁੱਕਣ ਵਾਲੀ ਅੱਜ ਕੱਲ੍ਹ ਸਾਡੇ ਮੁਲਕ 'ਚ ਬੜੀ ਵਬਾ ਏ, ਜਿਹੜਾ ਫੜਿਆ ਜਾਏ ਉਹਨੂੰ ਵੀ ਬਹੁਤ ਸਜ਼ਾ ਏ। ਇੰਨੀ ਗੱਲ ਸੀ ਸਾਰੀ। ਨਾਲੇ ਵਕਤ ਹੋਇਆ ਇੱਕ ਛੋਟੇ ਸੇ ਬ੍ਰੇਕਅਪ ਮਿਲਤਾ, ਇੱਕ ਸ਼ੋਰਟ ਬ੍ਰੇਕਅਪ। ਆਸ਼ਕ ਹੁਣ ਮੇਰੀ ਗੱਲ ਸੁਣ, ਉਹ ਕੂਲਰ ਮਰ ਗਿਆ? ਹਾਂਜੀ ਹਾਂਜੀ ਮਰ ਗਏ? ਹਾਂਜੀ ਮਰ ਗਏ ਨੇ। ਚਲੋ ਦੁਆ ਕਰ ਲਓ ਫਿਰ। ਦੁਆ ਕਰ ਲੈਂਦੇ ਹਾਂ, ਜਿਹੜੀ ਮਿਲਣ ਆਈ ਹੈ ਤੁਹਾਡੀ ਗੈਸਟ, ਇਹਦਾ ਕੀ ਕਰਨਾ ਹੈ? ਫਿਜ਼ਾ ਆਈ ਦੀ ਅੱਖੀ ਕੰਜੂ ਹੋ ਕੇ ਗਾਲਾਂ ਗੂਲਾਂ ਆਈਆਂ ਦਿਲ ਦੇ ਵਿੱਚ, ਹੋਰ ਕੀ ਉਹਨੇ ਤੁਹਾਨੂੰ ਵਿਚਾਰੀ ਨੇ ਕਹਿ ਲੈਣਾ, ਇਹੀ ਕੁਛ ਹੀ ਹੈ। ਬਦਤਮੀਜ਼ ਨਹੀਂ ਗਈ ਉਹ, ਲੇਕਿਨ ਦਿਲ 'ਚ ਜ਼ਰੂਰ ਕਰਦੀ ਹੋਏਗੀ। ਜਨਾਬ ਇੱਕ ਆਮਦ ਤਾਜ਼ੀ ਮੈਨੂੰ ਆਮਦ ਹੋਈ ਹੈ। ਉੱਚੀ ਬੋਲੋ ਭਾਅ ਜੀ, ਜਵਾਨ ਆਦਮੀ ਆ ਵੀ ਆਪ। ਮੈਂ ਕਹਿ ਰਿਹਾ ਜਨਾਬ ਕਿ ਆਸ਼ਕ ਸਾਹਿਬ ਜਿਹੜੇ ਨੇ ਉਹ ਆਪਣਾ ਫੋਨ, ਇੱਕ ਮਿੰਟ ਹੈ ਨਾ, ਮੈਂ ਕਹਿਣਾ ਸੀ ਜੀ ਕਿ ਮੇਰੀ ਕਿਤਾਬਾਂ ਨੇ ਦੋ
वह मुकम्मल पे उन्हों को प्रमोशन परमिशन करा दौ मेरी जी दो किताबा थोड़िया हाँ जी तैयार पे। अच्छा तुसी चाह रहे कि उन्होंने मैं छपवा दें? हाँ जी मुकम्मल ने बिल्कुल। तुहानू यकीन है कि हाँ जी ओके है? ये ना होवे कम नहीं नहीं जनाब ऐसी कोई गल नहीं। उन्होंने कुछ शेर काश मैं तेरे हसीन हाथ का डंगर होता तू चराती मुझको तो घुमाती मुझको। नहीं ये नहीं अगे लाइन थोड़ी मैं चेंज की थी। कोई गलत शेर भी है उस किताब के विच? एक हैगा जी। क्या हुआ? तेरा वादा भूलेगा दिल जिस दिन तुम्हें वो दिन जिंदगी का आखरी समझो। तुसी दस रहे सी तुहाडी कोई अपन डकैती कोई चोरी भी होई लुट लै तां ना याद कराओ भयानक यादें। अच्छा शायर दियां जेबां तां हमेशा खाली हुंदियां। मेरे को है सी। तुहाडे को तो होना ही आ। 53,000 सी। 53,000 रुपया आपके ते मुशायरे से आ रहे थे? जे मैं 55,000 रुपये लेके आप कराची की सड़कों पर फिर रहे हैं। असल जी भाई जान मैं एक मुशायरे ते गया सी उन्होंने मेरा शेर पसंद आया। उत्थे एक बंदा सी और उन्हें मेरा शेर एक सुन लिया उन्हें पसंद आ गया उन्हें मेनू कापी फड़ाई उस 55,000 रुपया सी। 53 सारा डाकू लै गए। 53 भी लै गए 55 भी लै गए। बस ना याद कराओ जिदा तो तुम शेर सुनाते जे जिन्हें दिते उन्हें ही मगर बंदे भेजे। नहीं वो नहीं भेज सकता बाकी पता नहीं लगा भी कौन से। हाँ जी पता मैनू लग गया सी लेकिन मैनू समझ नहीं लग सकी। हम मुफलिसों के जनाजों में मत आना क्योंकि वहाँ चावल भी नहीं होंगे। वाह की शुगल शुगल जो वड्डी गल कर दी उस्ताद जी तुसी। अल्लाह ताला कराची के अमन को कराची के रौनकों को। हेलो दो बाला कर रहा हूँ। अस्सलाम वालेकुम जी। वालेकुम सलाम। असलम बात कर रहा हूँ बूटा जी। जी असलम साहब कहाँ से बोल रहे? मैं कराची से बात कर रही हूँ भाई। मैं कराची में आपको बुलाना चाह रहा था। तो ये कराची में तो रहते हैं भैया? नहीं इनको नहीं मैं आपको बुलाना चाह रहा हूँ वहाँ पे। ओ भाई जी मैं तो हर मोड़ पर तुमको दूंगा सदा मेरी आवाज को दर्द के साथ को तू सुने ना सुने जिंदगी वक्फ की हुई है। यानी भाई मैं तो हर वक्त तुमको समझूंगा मरा मेरी इस ख्वाहिश को तू पूरा करे ना करे मैं तो यही समझूंगा। बेटे बहुत दुनिया की ख्वाहिश है मेरे मरण की लेकिन टेंशन ना ले बूटे का मगर बहुत सारी दुआएं हैं। फिजा भी बैठी हुई है वो भी हंस रही है। फिजा कौन है भाई? हाँ भाई मैंने पूछा फिजा कौन है। फिजा मेरे प्रोग्राम का हिस्सा है। फिजा एडवोकेट है। फिजा पे मैंने गजल लिखी। हाँ जी मैंने गजल लिखी फिजा पे। हाँ जी जाए बूटा जी अंदर जाए अंदर जाके फिजा को चेक करें देखे उसके ऊपर गजल लिखी हुई है कोई कि ये झूठ बोल रहे हैं। आप कराची नहीं है आप कराची 85-83-82 कराची बल्कि आप पता नहीं क्या। यार मैं बड़ी मुश्किल उर्दू बोल रहे हैं तेरी मेहरबानी। तेनू कहने क्या बोल बेटा तू ना बोलदा। यार मैं क्या पंजाबी करिए नहीं उर्दू ची भी कर देना एक काल। चल जरा मैं आपको कराची बुला रही हूँ भाई। तो आपने चले छोड़े एक छोटा सा मसला है वो तो हल कर दे मेरा। मुझे आप कराची बुला रहे थे पहले तो आप आ जाते ना भाई। आप नहीं आए मेरा खुद का जहन बदल गया भाई आप तो रहने दो बस। अच्छा मैं आपको उर्दू में भी जुगत लगा सकता हूँ कि आपका मुंह ऐसे है जैसे सींगों वाली मछली होती है। अच्छा 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 देखा मैंने जुगत मारी ना। हाँ आपका बैलेंस का किस वक्त खत्म होना है? मेरा बैलेंस खत्म होना ही नहीं है क्योंकि मैं अपने फोन से बात ही नहीं कर रहा। अच्छा हाँ जी आपका मेरा दिल कहता है मेरे पास एक गन हो रहा आप हो मैं चला के चेक करूं कैसे चलती है आप पे यानी मैं जाए सीखूंगा। असलम साहब टेंशन ना ले आप अगर मर गए तो बूटे को सजाए मौत होगी। मैं क्यों मरूं भाई? अगर तुसी मर गए तो बूटे नु सजाए मौत होएगी। अच्छा हो ये सोफे पर आप बैठे हुए हैं जी। मैं समझे को सोफे ते चैनवन बैठा। ओए एकदम पंजाबी विच ही उर्दू विच ही सारा कुछ। यार बूटे तेनु पता ते आओ इदां ही करदा है। नहीं इदां नहीं करदा उर्दू ओदी एडी अच्छी ते है नहीं। फिल्मा फुल्मा वेखदा हो गई होनी है नहीं। भाई जी क्या बकड़वा कर रहे हैं आप मेरे बारे में? ओ ठीक है आसम साहब चलो ओके अल्लाह हाफिज़। फिर अल्लाह हाफिज़ तुहाडा ਤੁਹਾਡਾ ਵੀ ਜਿਹੜਾ ਕਿਸੇ ਨੂੰ ਕਹਿੰਦਾ ਉਹਦਾ ਆਪਣਾ ਹੀ ਹੁੰਦਾ ਵਾ। ਚਲੋ ਹਟਦਾ ਨਹੀਂ ਹੈ। ਦੇਖੋ ਚਾਚਾ ਜੀ ਤੁਸੀਂ ਉਹਨੂੰ ਕਿਹਾ ਪਿਸਤੌਲ ਤੁਸੀਂ ਉਹਦੇ 'ਤੇ ਚਲਾਓਗੇ ਉਹ ਮਰ ਜਾਏਗਾ ਕੋਈ ਅਤੇ ਤੁਹਾਡੇ 'ਤੇ ਵੀ ਤਾਂ ਪਰਚਾ ਆਉਣਾ ਨਾ ਤੁਸੀਂ ਵੀ 302 'ਚ ਅੰਦਰ ਹੋਵੇ ਸਾਡੀ ਵੀ ਜਾਨ ਛੁੱਟਣੀ। ਮੇਰੀ ਜਾਨ ਤਾਂ ਬੜੀ ਛੇਤੀ ਛੁੱਟਦੀ ਹੈ ਤੇਰੀ ਨਹੀਂ ਛੁੱਟਣੀ। ਬੂਟੇ ਮੈਨੂੰ ਤਾਂ ਲੱਗਦਾ ਕਿਸੇ ਨੇ ਆਪਣੇ ਪ੍ਰੋਗਰਾਮ 'ਤੇ 80 ਰੁਪਏ ਵਾਲਾ ਵੱਡਾ ਬੰਬ ਡਿੱਗਣਾ ਹੀ। ਕਿਸੇ ਦਿਨ ਐਸਾ ਹੋ ਕਿ ਤੂੰ ਮਰ ਜਾਏ। ਯਾਰ ਇਹ ਕੀ ਗੱਲ ਹੋਈ ਹਰ ਦਿਨ ਹਰ ਘੜੀ ਹਰ ਫਰਜ ਮੇਰੇ ਮਨ ਨੇ ਕਿਤੋ। ਤੇ ਯਾਰ ਤੂੰ ਵੀ ਮਰ ਕੇ ਸਾਨੂੰ ਸੱਚਾ ਕਰ। ਵੀ ਵੁੱਡ ਯੂ ਲੈਟ ਅ ਟੁਕ ਮਾਰੋ।
इन द आफ्टरनून द पकशीजा। वाह वाह वाह, ऐसी बातों से मेरे भी सीनों के अंदर दर्द होता और मेरे पीछे दुनिया जहान के लोगों की दुआएं हैं। फेक बुना बंद कर गेनु तोर। हेलो 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 जी, सलाम अलैकुम जी। वालेकुम सलाम। ओ सरकार केड़ा एसी ठीक किता गड्डी दा भाजी, 10 मिनट बाद ही गड्डी दा। समझ नहीं आ रही क्या फरमा रहे हैं आप। ओ मैं क्या जनाब, केड़ा गड्डी दा एसी सही किता जे, 6500 रुपया भी लवाता जे, गड्डी हाले 10 किलोमीटर तक भी नहीं गई तो ओदे कंप्रेसर दे विचों धुआं निकलन लग पे है। अच्छा भाई जान, गलत नंबर मिलाता तुसी। क्यों जी, ए चाचे बूटे दा नंबर नेगा? चाचा बूटे दे नंबर ना, पर बेटा मैं कोई वर्कशॉप नहीं थे खोल लिए। तुसी कारां दे एसी नहीं ठीक करदे जी? मैं कारां दे एसी एसी वजह तो ठीक नहीं हो करदा। भाजी 6500 रुपया दिता तुहानू, गड्डी 10 किलोमीटर नहीं चली, ओदे कंप्रेसर चो धुआं निकलन लग पिया, बंद हो गया सारा कुछ, मर गए असी। भाई जान मैं फिर अर्ज करदा, तुसी गलत नंबर मिलाया, मेरे को साइकिल नहीं है। यार तुहाडे को साइकिल नहीं की, तुसी अगले दी गड्डियां दा फिर का तो बेड़ा कर करदे जे, पहले आप साइकिल लवो। ओ साइकिल नहीं यार, मैं नहीं कम करदा। भाजी मैं कार दे एसी दी गल कर रहा, याद करो 6575 नंबर गड्डी दा। ओ 6575 नंबर गड्डी दा नहीं मैं कुछ करदा, मैं प्रोग्राम करदा पिया, तू कंप्रेसर दा धुआं विच खलाता। भाजी तुसी चाचा बूटा नहीं बोलदे? मैं चाचा बूटा ही बोल रहा। ਉਹੀ ਆ ਨਾ, ਸੁੱਕਾ ਜਿਹਾ, ਲੰਮਾ ਜਿਹਾ, ਸਮਾਰਟ ਜਿਹਾ, ਬਰੀਕ ਜਿਹਾ ਤੂੰ। ਐਨਕ ਲਾਈ ਆ? ਐਨਕ ਕਿਹੜੀ, ਚਮੜੇ ਦੀ? ਉਹ ਤੇ ਖੋਤਿਆਂ ਨੇ ਲਾਈ ਹੁੰਦੀ ਹੈ ਯਾਰ। ਸ਼ਮਸ ਰੋਡ ਤੇ ਐਂਡ ਤੇ ਤੁਹਾਡੀ ਵਰਕਸ਼ਾਪ ਨਹੀਂ ਗਈ? ਨਹੀਂ ਭਈਆ ਨਹੀਂ। ਤੁਸੀਂ ਕੀ ਕੰਮ ਕਰਦੇ? ਨਹੀਂ ਭਈਆ। ਹਾਂ ਮੈਂ ਕਿਹਾ ਜੀ ਤੁਸੀਂ ਕੀ ਕੰਮ ਕਰਦੇ ਜੇ ਜਨਾਬ, ਤੁਸੀਂ ਕਿਹੜਾ ਕੰਮ ਕਰਦੇ ਜੇ? ਮਹਾ ਚੈਨਲ ਦੇ ਵਿੱਚ ਪ੍ਰੋਗਰਾਮ ਕਰਦਾ। ਚੈਨਲ ਦੇ ਵਿੱਚ ਪ੍ਰੋਗਰਾਮ ਕਰਦਾ? ਅੱਛਾ ਅੱਛਾ ਅੱਛਾ, ਬੂਟਾ ਚਾਚਾ ਬੂਟਾ, ਕੋਹਿਨੂਰ ਵਾਲਾ ਚਾਚਾ ਬੂਟਾ ਹੁਣ ਪਛਾਣ। ਉਹ ਕਾਮੇਡੀ ਜਿਹੜਾ ਪ੍ਰੋਗਰਾਮ ਕਰਦੇ ਨੇ, ਲੋਕਾਂ ਨੂੰ ਹਸਾਉਂਦੇ ਨੇ ਜਿਹੜਾ। ਭਾਈ ਜਾਨ ਮੈਂ ਪ੍ਰੋਗਰਾਮ ਕਲਰਬਾਜੀ ਨੂੰ ਹੋਸਟ ਕਰਦਾ। ਉਹ ਭਾਈ ਜਾਨ ਮੈਂ ਸਮਝ ਗਿਆ ਬੂਟਾ ਜੀ, ਮੇਰੇ ਕੋਲ ਇੱਕ ਬੂਟਾ ਵਰਕਸ਼ਾਪ ਵਾਲੇ ਦਾ ਨੰਬਰ ਸੇਵ ਸੀਗਾ ਤੇ ਇੱਕ ਬੂਟਾ ਕੋਹਿਨੂਰ ਵਾਲੇ ਦਾ ਨੰਬਰ ਸੇਵ। ਹਾਂਜੀ ਬਿਲਕੁਲ, ਬੂਟਾ ਕੋਹਿਨੂਰ ਵਾਲਾ ਅਰਜ਼ ਕਰ ਰਿਹਾ। ਅੱਛਾ ਅੱਛਾ, ਸੋਰੀ ਮੈਂ ਆਪਣੀ ਵੱਲੋਂ ਬੂਟੇ ਵਰਕਸ਼ਾਪ ਵਾਲੇ ਨੂੰ ਮਿਲਾਇਆ। ਨਹੀਂ ਜਨਾਬ, ਬੜੀ ਮਿਹਰਬਾਨੀ ਜਨਾਬ, ਅਸੀਂ ਤੁਹਾਡੇ ਬੜੇ ਵੱਡੇ ਫੈਨ ਆ, ਮੈਂ ਤੁਹਾਡਾ ਨੰਬਰ ਸੇਵ ਕੀਤਾ, ਯਕੀਨ ਕਰੋ। ਬੜੀ ਮਿਹਰਬਾਨੀ, ਦਫਾ ਹੋ ਜਾਣਾ ਜਨਾਬ, ਸ਼ੁਕਰੀਆ। ਮੈਂ ਜਨਾਬ ਬਹੁਤ ਮਾਦਰ ਚਾਹੁੰਦਾ ਜਨਾਬ, ਬਹੁਤ ਮਾਫੀ ਚਾਹੁੰਦਾ, ਤੁਹਾਡੇ ਪ੍ਰੋਗਰਾਮ 'ਚ ਮੈਂ ਖਲਲ ਪੈਦਾ ਕੀਤਾ। ਕੋਈ ਨਾ ਜੀ, ਇਸਕੇ ਸਾਥ ਹੀ ਵਕਤ ਹੁਆ ਇੱਕ ਛੋਟੇ ਸੇ ਬੜੇ ਕਮੇ ਤੱਕ ਸ਼ਾਰਟ ਬ੍ਰੇਕ ਕੇ ਬਾਅਦ। ਨਾਜ਼ਰੀਨ वक्फे के बाद दोबारा खुश आमदीद। हम बात कर रहे थे निज़ामुद्दीन साहब से, उनसे हम बात ही नहीं कर रहे थे कि आप दो किताबें उनकी मैंने छपवाने का वादा उनसे कर लिया, दो किताबों का। हालांकि इनकी किताबें दो छपवाने की बजाय मेरा दिल करता था कि मैं खुद ही शायरी कर लवा। फिर मेरी इनके साथ एक डील हुई है कि आधे शेर आपके होंगे, आधे शेर मेरे होंगे, यानी कि मेरा भी बीच में नाम होगा। आशक बड़ा जीव जिया मिरल वेख रहे हैं तू तेरे। देखो जी, तुसी आप ही किताबा भी छाप लैनी, आप ही शायरी भी तुसी कर ली दोवां ने। हालांकि सब तो ज़्यादा शेर मैं सुना, इन्हें मेरा विच शेर ही कोई नहीं पाया। मेरा दे विच कोई शेर रखो ना। तुहाडा भी रखांगे, पर मेन शायर जिहड़ा ने वो तो मैं हूँ, आप तो मेरी वजह से शायर हो गए। तेरी वजह तो असी सिर्फ जलील होना, वो अलहदा टॉपिक है। मेरी किताब में जब नाम आएगा भाईजान तुहाडा, तुसी ते आपे नाल मशहूर होना, ये मेरी मेहरबानी है। वाह वाह वाह, सुन रहे आशिक साहब, असी हुण मशहूर होना ही इस बंदे दी वजह तो याद रखी। हाँ जी, ते मेरा नाम ना देना दी किताब ते, बल्कि इहदी किताब ही ना मैनू देना। आ क्योंकि उन्हें तेनों पूरे मोहल्ले को कटाव ही देना। अर्ज किया है जी। ओए कोई अर्ज उर्ज नहीं करना चाचा। चलो बूटा ही कोई नहीं, जानी बारह दे कदर सुन लो। अर्ज किया है कि मुख पतक बली चबाका, ਇੱਥੇ ਹਰ ਬੰਦੇ ਦਾ ਲੱਗਾ ਈਸਾਕਾ। ਮੈਂ ਮੁਆਸ਼ੀ ਹਾਲਾਤ 'ਤੇ ਜ਼ਰਾ ਥੋੜ੍ਹਾ ਜ਼ਿਆਦਾ ਲਿਖਦਾ ਜੀ। ਇਹ ਜਿਹੜੇ ਮੁਲਕੀ ਹਾਲਾਤ ਜਾ ਰਹੇ ਨੇ, ਇਹਨਾਂ 'ਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਲਿਖਣ ਦੀ ਕੋਸ਼ਿਸ਼ ਕਰਦਾ। ਲੇਕਿਨ ਧੁੰਦਲੀ ਰਹਿਣ ਸਵੇਰਾ। ਹੈਲੋ। ਹਾਂਜੀ ਹੈਲੋ, ਸਲਾਮ ਅਲੈਕਮ ਜੀ। ਵਾਲੇਕਮ ਸਲਾਮ। ਇਹ ਭਾਅ ਜੀ ਏਸੀ ਤੁਹਾਡੇ ਕੋਲ ਠੀਕ ਕਰਾਇਆ ਸੀ ਗੱਡੀ ਦਾ, 10 ਕਿਲੋਮੀਟਰ ਵੀ ਨਹੀਂ ਗੱਡੀ ਚੱਲੀ,
ਉਹਦੇ ਕੰਪਰੈਸਰ ਦੇ ਵਿੱਚੋਂ ਭਾਜੀ ਧੂਆਂ ਨਿਕਲਣ ਲੱਗ ਪਿਆ ਹੈਗਾ ਤੇ ਮਿਹਰਬਾਨੀ ਕਰੋ 6500 ਰੁਪਈਆ ਦੇ ਗਿਆ ਤੁਹਾਨੂੰ। ਭਾਜੀ ਤੁਹਾਨੂੰ ਖੁਦਾ ਦਾ ਵਾਸਤਾ ਜੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਂ ਨਹੀਂ ਕੰਮ ਕਰਦਾ, ਤੁਸੀਂ ਦੁਬਾਰਾ ਫਿਰ ਮੇਰਾ ਹੀ ਨੰਬਰ ਮਿਲਾ ਦਿੱਤਾ। ਚਾਚਾ ਬੂਟਾ ਕੋਹਿਨੂਰ ਵਾਲੇ ਦਾ ਨੰਬਰ ਫਿਰ ਮਿਲਾ ਦਿੱਤਾ ਤੁਸੀਂ। ਭਾਈ ਜਾਨ ਮੇਰੀ ਗੱਲ ਸੁਣੋ, ਇੱਕ ਦੇ ਥੱਲੇ ਬੂਟਾ ਕੋਹਿਨੂਰ ਲਿਖਿਆ, ਇੱਕ ਦੇ ਥੱਲੇ ਬੂਟਾ ਵਰਕਸ਼ਾਪ ਵਾਲਾ ਲਿਖਿਆ। ਪਹਿਲੇ ਕੋਹਿਨੂਰ ਵਾਲਾ ਮਿਲਾਇਆ ਸੀ, ਹੁਣ ਵਰਕਸ਼ਾਪ ਵਾਲਾ, ਹੁਣ ਕਿੱਦਾਂ ਮਿਲ ਗਿਆ ਤੁਹਾਨੂੰ? ਭਾਈ ਜਾਨ ਵਰਕਸ਼ਾਪ ਨੇ ਤੁਸੀਂ ਕਿਤੇ ਮੇਰੇ ਕੋਲ ਜਾਨ ਚੜਾਉਂਦੇ ਨਹੀਂ ਤਾਂ ਕਰਨ ਦੇ ਵੀ ਇਹਦਾ ਮੈਂ 6500 ਰੁਪਈਆ ਲੈ ਲਿਆ। ਭਾਈ ਜਾਨ ਤੁਸੀਂ ਮੇਰੇ ਕੋਲ 6500 ਲੈ ਲੈਣਾ, ਮੈਨੂੰ ਮਾਫੀ ਦੇ ਦਿਓ, ਮੈਨੂੰ ਪ੍ਰੋਗਰਾਮ ਕਰਨ ਦਿਓ। ਨਹੀਂ ਇੱਦਾਂ ਨਹੀਂ, ਮੈਨੂੰ ਸਮਝ ਲੱਗਣੀ, ਮੈਂ ਤੁਹਾਡੇ ਕੋਲ ਦੁਕਾਨ ਤੇ ਆ ਰਿਹਾ ਵਰਕਸ਼ਾਪ ਤੇ ਭਾਜੀ। ਹਾਂ ਮੈਂ ਆ ਰਿਹਾ ਤੁਹਾਡੇ ਕੋਲ ਵਰਕਸ਼ਾਪ ਤੇ। ਹਾਂ ਆ ਜਾਓ ਮੇਰੇ ਕੋਲ ਹੀ ਆਣਾ। ਚਾਚਾ ਜੀ ਹੋ ਸਕਦਾ ਕਿ ਮਤਲਬ ਬੂਟਾ, ਹੋਰ ਵੀ ਕਈ ਬੂਟੇ ਨੇ ਲੋਕਾਂ ਨੇ ਸੇਵ ਕੀਤੇ ਹੋਣ ਨੰਬਰ? ਮੈਂ ਨਹੀਂ ਜਾਣਦਾ। ਤੂੰ ਨਹੀਂ ਜਾਣਦਾ ਬੂਟੇ, ਤੂੰ ਨਹੀਂ ਜਾਣਦਾ ਤੇਰੇ 'ਚ ਤੇਰਾ, ਤੇਰੇ 'ਚ ਤੇਰਾ ਯਾਰ ਜਾਣਦਾ। ਹੋ ਸਕਦਾ ਯਾਰ ਬੋਲਦਾ, ਹੋ ਸਕਦਾ ਉਹ ਦੋ ਦਫ਼ਾ ਕਾਲਰ ਦੀ ਕੋਲ ਕੋਲ ਕੁਝ ਤਾਂ ਤੁਹਾਡਾ ਖੁਸ਼ਕਿਸਮਤ ਹੋ ਤੁਸੀਂ, ਲੇਕਿਨ ਤੁਸੀਂ ਮੁਹੱਬਤ ਦੇਖੋ, ਤੁਹਾਡਾ ਨਾਮ ਵੀ ਅਗਲੇ ਨੇ ਸੇਵ ਕੀਤਾ, ਅਗਲੇ ਨੇ ਬਾਕੀਆਂ ਦਾ ਵੀ ਕੀਤਾ। ਚੱਲ ਤੂੰ ਹੁਣ ਜਾਣ ਜਾਏਗਾ ਗੱਲ ਨੂੰ ਕਿ ਨਹੀਂ? ਅਤੇ ਚਾਚਾ ਜੀ ਫਿਰ ਨਿਜ਼ਾਮ ਸਦੀਨ ਸਾਹਿਬ ਦਾ ਜਿਹੜਾ ਨਿਜ਼ਾਮ ਹੈ ਇਹਨਾਂ ਦੇ ਕਿਤਾਬਾਂ ਦਾ, ਉਹ ਤਾਂ ਤਕਰੀਬਨ ਹੱਲ ਹੋ ਗਿਆ। ਨਿਜ਼ਾਮ ਸਦੀਨ ਸਾਹਿਬ ਤੁਸੀਂ ਖੁਸ਼ ਹੋ? ਬੜੀ ਮਿਹਰਬਾਨੀ ਜਨਾਬ, ਤੁਸੀਂ ਬਹੁਤ ਹੈਲਪ ਕੀਤੀ ਮੇਰੀ, ਬੁੱਢਾ ਹੀ ਮੇਰੇ ਲਈ ਇੱਕ ਖਿਦਮਤ ਹੋਈ ਤੇ। ਹਾਂਜੀ ਜ਼ਰੂਰ ਦੱਸਾਂਗਾ ਜੀ। ਕੋਈ ਕੰਮ ਨਿਜ਼ਾਮ ਸਾਹਿਬ, ਮੇਰਾ ਤੁਹਾਡੇ ਅੱਗੇ ਇੱਕੋ ਹੀ ਦਰਖਾਸਤ ਆ, ਇੱਕੋ ਹੀ ਮਿਹਰਬਾਨੀ ਕਰ ਦਿਓ ਕਿ ਜਿਹੜਾ ਨਾ ਸ਼ਾਇਰੀ ਛੱਡ ਦਿਓ, ਕਿਉਂਕਿ ਸ਼ਾਇਰੀ ਇੱਕ ਐਸਾ ਜੁਜ਼ਵੇ ਅਨਾਸਰ ਹੈਗਾ। ਆਸ਼ਕ ਸਾਹਿਬ ਤੁਹਾਡੀਆਂ ਜਿਹੜੀਆਂ ਦੋ ਕਿਤਾਬਾਂ ਹੋਣਗੀਆਂ ਉਹਨਾਂ ਨੂੰ ਗੌਰਮੈਂਟ ਲੈਵਲ 'ਤੇ ਰਜਿਸਟਰਡ ਵੀ ਕਰਾਉਣਗੇ, ਉਹਨਾਂ ਨੂੰ ਕੋਈ ਤਾਂ ਕੇ ਕਾਪੀ ਨਾ ਕਰ ਸਕਣ। ਅਤੇ ਅਸੀਂ ਵੀ ਤੁਹਾਡੀਆਂ ਕਿਤਾਬਾਂ ਦਾ ਦੱਸਾਂਗੇ ਕਿ ਬਈ ਕਿਸੇ ਕਿਸਮ ਦੀ ਕੋਈ ਲੋੜ ਨਹੀਂ। ਵੈਸੇ ਤੁਸੀਂ ਕੋਈ ਆਪਣਾ ਜ਼ਿਹਨੀ ਡਾਕਟਰ ਦਾ ਇਲਾਜ ਆ ਲਿਆ ਇਹਦੇ ਕੋਲ ਗਏ? ਐਡਾ ਵੱਡਾ ਸ਼ਾਇਰ ਸਾਡੇ ਮੁਲਕ 'ਚ ਐਵੇਂ ਹੀ ਆਪਣਾ ਜ਼ਲੀਲ ਹੋ ਰਿਹਾ, ਸਹੀ ਹੋ ਰਿਹਾ, ਔਰ ਬਸ ਹੋਣਾ ਚਾਹੀਦਾ। ਵੈਸੇ ਤੁਮਸੇ ਕਿਆ ਮੈਨੇ ਸ਼ਿਕਾਇਤ ਕਰਨੀ, ਐਸੇ ਹੀ ਮਰ ਜਾਓ। ਤੂੰ ਮਰ, ਤੇਰੇ ਅਗਲੇ ਪਿਛਲੇ ਵੱਡੇ ਛੋਟੇ ਮਰਨ, ਅਸੀਂ ਕਾਹਤੋਂ ਮਰ ਗਏ? ਤੇਰੇ ਸ਼ੇਰ ਸੁਣ ਕੇ ਵੈਸੇ ਬੰਦਾ ਮਰ ਜਾਂਦਾ। ਆਪਕੀ ਅਸਲ ਮੁਨਾਫਕਤ ਆਪ ਬਾਹਰ ਆਈ ਹੈ। ਓਏ ਅੱਛਾ ਆਈ ਡਵੇ ਚਾਚਾ, ਠਹਿਰ ਜਾ। ਨਾਜ਼ਰੀਨ ਹਮਨੇ ਨਿਜ਼ਾਮ ਦੀਨ ਸਾਹਿਬ ਕਾ, ਮੈਨੇ ਕੋਈ ਸ਼ੇਰ ਨਹੀਂ ਸੁਣਾਇਆ ਨਾਜ਼ਰੀਨ, ਜਬ ਸੇ ਮੈਂ ਹੁਆ। ਹੈਲੋ, ਹਲੋ, ਅਸਲਾਮ ਅਲੈਕੁਮ ਜੀ ਬੂਟਾ ਜੀ। ਵਾਲਕਮ ਸਲਾਮ ਬੂਟਾ ਜੀ। ਯਾਰ ਰੇਡੀਏਟਰ ਦਾ ਮਸਲਾ, ਰੇਡੀਏਟਰ ਸਹੀ ਨਹੀਂ ਹੋਇਆ ਗੱਡੀ ਦਾ ਹਲੇ ਤੱਕ ਯਾਰ, ਗੱਡੀ ਹੀਟਾਂ ਭੋਈ ਜਾ ਰਹੀ ਹੈ। ਆਸ਼ਕ ਮੇਰੀ ਜਾਨ ਛੁੜਾ ਦੇ, ਇਸ ਬੰਦੇ ਨੂੰ ਤੂੰ ਹੀ ਸਮਝਾ ਦੇ। ਉਹ ਯਾਰ ਸਮਝਾਉਣਾ ਕੀ ਅੱਲਾ ਦੇ ਉਹ ਬੰਦੇ, ਤੁਸੀਂ ਮੇਰੀ ਗੱਲ ਸੁਣੋ ਭਾਜੀ, ਭਾਜੀ ਮੇਰੀ ਗੱਲ ਸੁਣੋ, ਮੈਨੂੰ ਤੁਸੀਂ ਐਵੇਂ ਨਾ ਸਮਝੋ, ਮੈਂ ਪੈਸੇ ਤਾਂ ਰੇਡੀਏਟਰ ਸਹੀ ਕਰਾਇਆ, ਗੱਡੀ ਹੀਟਾ ਭੋਈ ਜਾਂਦੀ, ਮੈਂ ਇੰਨੇ ਪੈਸੇ ਦੇਤੇ, ਕਿੱਦਾਂ ਦੇ ਮਿਸਤਰੀ ਤੁਸੀਂ? ਭਾਈ ਮੇਰੀ ਗੱਲ ਸੁਣੋ, ਵੀ ਡਰਾਮੇ ਕਰਦਾ ਫੋਨ ਕਰਕੇ ਐਵੇਂ ਕਰੀ ਜਾਂਦਾ ਤੂੰ? ਚਾਚੇ ਬੂਟੇ ਦੀ ਸਿਰਫ ਸ਼ਕਲ ਸਲੰਸਰ ਵਰਗੀ ਆ, ਕੰਮ ਉਹ ਇਦਾਂ ਦਾ ਕੋਈ ਨਹੀਂ ਕਰਦਾ ਵੀ ਗੱਡੀਆਂ ਠੀਕ ਕਰੇ, ਕਲਚ ਭਾਨੇ ਵਰਗਾ ਨੱਕ। ਉਹ ਯਾਰ ਮੈਨੂੰ ਨਹੀਂ ਭਾਜੀ ਪਤਾ, ਤੁਹਾਡੀ ਮਿਹਰਬਾਨੀ ਯਾਰ, ਮੈਂ ਗੱਡੀ ਰੇਡੀਏਟਰ ਪੂਰਾ ਖਲਾ ਕੇ ਸਾਫ਼ ਕਰਾਇਆ ਯਾਰ, ਲਾਗੇ ਖਲੋ ਕੇ ਜਾਂਦੇ, ਇਹਨਾਂ ਨੇ ਬਦਲ ਲਿਆ ਯਾਰ, ਇਹਨਾਂ ਨੂੰ ਕੁਛ ਕਰ ਦਿੱਤਾ ਯਾਰ, ਪੈਸੇ ਵੀ ਮੈਂ ਦਿੱਤੇ ਰਹੇ ਯਾਰ, ਫਿਰ ਉਹੀ ਗੱਲ ਕਰੀ ਜਾਂਦੇ ਤੁਸੀਂ, ਮੈਂ ਪਾਗਲ ਹਾਂ ਯਾਰ, ਮੈਂ ਤਾਂ ਅੱਲਾ ਦੇ ਬੰਦੇ ਹੋਏ ਤਾਂ ਸਵਾਰੀਆਂ ਭਾਈਆਂ ਨੇ, ਮੈਂ ਉੱਥੇ ਗਿਆ ਤਾਂ ਜਾਂਦਿਆਂ ਨੂੰ ਤਾਂ ਅਗਲੀ ਗੱਡੀ ਹੀਟਾਂ ਭੋਈ ਲਾਉਣੀਆਂ ਪੈ ਗਈਆਂ ਨੇ। ਜੇ ਮੇਰਾ ਖਿਆਲ ਹੈ ਉਹ ਕੂਲਰ ਨਹੀਂ ਹੈ, ਜੇ ਕੋਈ ਔਰ ਕੂਲਰ ਹੈ, ਉਹ ਕੋਈ ਔਰ, ਇਸ ਨੇ ਵੀ ਉਹ ਹੀ ਬੂਟੇ ਵਰਕਸ਼ਾਪ ਵਾਲੇ ਦਾ ਨੰਬਰ ਮਿਲਾਇਆ ਜੋ। ਉਹ ਯਾਰ ਮੈਂ ਤੁਹਾਡੀ ਮਿਹਰਬਾਨੀ, ਖੁਦਾ ਦਾ ਵਾਸਤੇ ਹੀ ਯਾਰ, ਮੇਰੇ ਸਵਾਰੀਆਂ ਲਾਈਆਂ ਨੇ ਤੇ ਮੇਰਾ ਫੇਰਾ ਗਿਆ ਯਾਰ, ਦੋ ਫੇਰੇ ਦਾ ਆਇਆ ਹੋਏ ਨੇ, ਰੈਡੀਏਟਰ ਨੇ ਪੈਸੇ ਲੈ ਦਿੱਤੇ ਨੇ, ਭਾਜੀ ਨੇ ਦਲੀਲ ਦਲੀਲ ਲੈਣਾ। ਚਾਚਾ ਇਹ ਪਤਾ ਕਰੋ ਦੂਜਾ ਬੂਟਾ ਕਿਹੜਾ ਜੰਮ ਪਿਆ, ਇੱਕ ਵਿਸ਼ੇ ਮੁਲਕ ਦੇ ਵਿੱਚ ਦੋ ਬੂਟੇ ਨਹੀਂ ਰਹਿ ਸਕਦੇ ਹੁੰਦੇ, ਇਸ ਦਾ ਕੁਝ ਸੋਚਣਾ ਪੜੇਗਾ। ਭਾਜੀ ਮੈਂ ਇੱਥੋਂ ਕਿੱਥੇ ਜਾਵਾਂ ਹੁਣ, ਮੈਨੂੰ ਦੱਸੋ। ਭਾਜੀ ਨੇ ਇੱਕ ਮਿੰਟ ਗੱਲ ਸੁਣੋ, ਤੁਸੀਂ ਉਹਨਾਂ ਦਾ ਸਿਰਫ ਸਟਪਣੀਅਰ ਦਾ ਮੂੰਹ ਦੇਖ ਕੇ ਅੰਦਾਜ਼ਾ ਲਾ ਲਿਆ ਵੀ ਉਹ ਕਾਰਾਂ ਦਾ ਕੰਮ ਕਰਦੇ ਨੇ। ਭਾਜੀ ਉਹਨਾਂ ਦਾ ਵੈਸੇ ਹੀ ਮੂੰਹ ਇਦਾਂ ਦਾ, ਉਹ ਕੋਈ ਇਨਕੀ ਆਪਣੀ ਗਾੜੀਆਂ ਚਲਤੀਆਂ, ਲੇਕਿਨ ਐਸੀ ਕੋਈ ਬਾਤ ਨਹੀਂ ਹੈ ਕਿ ਜੇ ਤੇਰੇ ਤੇ ਬਈ ਦੌੜਦੀ ਆਸਕਾ ਬਈ ਦੌੜਦੇ ਆ, ਆਹ ਨੱਕ ਗੇਅਰ ਲੀਵਰ ਵਰਗਾ ਹੋਵੇ ਤੇ ਮਤਲਬ ਇਹ ਤਾਂ ਨਹੀਂ ਵੀ ਹੁਣ ਉਹ ਬੰਦਾ ਕਾਰਾਂ ਦਾ ਹੀ ਕੰਮ ਕਰਦਾ। ਭਾਜੀ ਤੁਸੀਂ ਆਪਣੀਆਂ ਗੱਲਾਂ ਕਰੀ ਤੇ ਮੈਂ ਕਿੱਥੇ ਕਰਾਂ, ਮੈਂ ਕਿੱਥੇ ਜਾਵਾਂ? ਭਾਜੀ ਨੇ ਬੂਟੇ ਦਾ ਗੱਡੀਆਂ ਗੁੱਡੀਆਂ ਨਾਲ ਕੋਈ ਤਲਕ ਨਹੀਂ, ਪਰਾਈਆਂ ਗੱਡੀਆਂ ਦਾ ਉਹਦੇ ਕੋਲ ਆਪਣੀਆਂ ਐ ਨੇ, ਜਾਂਦੀਆਂ ਨੇ ਰੈਂਟ 'ਤੇ ਜਾਂਦੀਆਂ ਆ ਜਾਂਦੀਆਂ ਨੇ, ਉਹ ਆਪਣਾ ਉਹਦਾ ਕਾਰੋਬਾਰ ਠੀਕ ਆ। ਤੁਸੀਂ ਹੁਣ ਐਵੇਂ ਹੀ ਪਤਾ ਨਹੀਂ ਇਹਦੇ 'ਤੇ ਪਾਈ ਜਾਂਦਾ ਜੀ, ਉਹ ਕੋਈ ਹੋਰ ਬੂਟਾ ਹੋਣਾ। ਚਲੋ ਨਸਾ ਦੌੜ ਜਾ, ਹੁਣ ਮੈਨੂੰ ਗੁੱਸਾ ਚੜ੍ਹਨ 'ਚ 2 ਮਿੰਟ ਰਹਿ ਗਏ। ਭਾਜੀ ਮੈਂ ਗੱਡੀ ਲੈ ਕੇ ਆ ਰਿਹਾ ਵਰਕਸ਼ਾਪ। ਲਾਓ ਲਾਓ ਲਾਓ, ਦਫਾ ਹੋ ਜਾ।
यार ये तू की विच बकवास कीती है। तेचरे गड़ियां घड़ियां नहीं होंदियां तेरे कोल। बहुत आज तू बकवास करती तेना मैं बेटा अज निबड़ के जावा। तुसी उना गड़ियां दी कोई वर्कशॉप भी तो नहीं बनाई? नहीं भाई मैनू की पता। हेलो क्या मैं क्या बूटा ही बड़ा तुहाडा मुंह है जिवें खिच के थुक सिटिया हुंदा है। की कहंदा? वो कहंदा तुहाडा मुंह इंजा जिवें बर्फ ते हिसाब लिखिया हुंदा है। नहीं मैं क्या चाचे बूटे तू इंजा जिवें 140 किलो दी चिड़ी हुंदी पुरानी वाशल हुंदी। हां मैं इंजा जिवें की हुंदा? ओए तुसी इंजा खत भेज के आप भी मगरी चले गए हुंदे। ओए बूटे तू इंजा जिवें सिर्फ इको साइड ते मुछा रखी हुंदी है यानी सज्जी साइड ते खब्बी साइड तो क्लीन शेव हुंदा है। 1 इंच डूंगा स्विमिंग पूल हुंदा है। ओ जा किते हाथी ने डंग मारया हुंदा है। आसान फड़ा मोश बांदर हुंदा है। हां जी ओ हुंदा मैं देख रिया। ओए कछु कोमे ना गिच्ची भनण खेलिया हुंदा है। लख दी हुंदा है दुर दी हुंदा है। ना जणी इसके साथ ही प्रोग्राम हुंदा है ये खत्म हुंदा है अगली बारी हुंदा है दोबारा मिलांगा हुंदा है।